ਫੌਜੀ ਨੇ ਵਰਦੀ ਵਿੱਚ ਕਰਵਾਇਆ ਵਿਆਹ, ਕਾਰਨ ਸੁਣ ਕੇ ਹੋ ਜਾਵੋਗੇ ਹੈਰਾਨ। ਅਕਸਰ ਹੀ ਵਿਆਹਾਂ ਵਿੱਚ ਮੁੰਡੇ ਕੁੜੀਆਂ ਆਪਣੇ ਵਿਆਹ ਵਾਲੇ ਕੱਪੜਿਆਂ ਤੇ ਬਹੁਤ ਹੀ ਪੈਸੇ ਖਰਚਦੇ ਨੇ, ਪਰ ਹੁਣ ਇੱਕ ਫੌਜੀ ਦੇ ਵਿਆਹ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਹੋ ਰਿਹਾ ਹੈ ਅਤੇ ਵਿਆਹ ਵਾਲੇ ਮੁੰਡੇ ਨੇ ਫੌਜੀਆਂ ਦੀ ਵਰਦੀ ਪਾਈ ਹੋਈ ਹੈ। ਦਰਅਸਲ ਇਹ ਨੌਜਵਾਨ ਇੱਕ ਫੌਜੀ ਹੈ ਅਤੇ ਇਸਨੇ ਆਪਣੇ ਵਿਆਹ ਵਿੱਚ ਕੋਟ ਪੈਂਟ ਤੇ ਸ਼ੇਰਵਾਨੀ ਨਹੀਂ, ਸਗੋਂ ਆਪਣੀ ਫੌਜ ਦੀ ਵਰਦੀ ਹੀ ਪਾਈ ਅਤੇ ਸਾਰੇ ਸ਼ਗਨ ਵਰਦੀ ਵਿੱਚ ਹੀ ਕੀਤੇ ਅਤੇ ਮੁੰਡੇ ਨੇ ਕਿਹਾ ਕਿ ਇਹ ਵਰਦੀ ਅਤੇ ਦੇਸ਼ ਦੀ ਸੇਵਾ ਕਿਸੇ ਕਿਸੇ ਦੇ ਹੀ ਹਿੱਸੇ ਆਉਂਦੀ ਹੈ ਅਤੇ ਇਸ ਵਰਦੀ ਤੋਂ ਸੋਹਣਾ ਕੋਈ ਵੀ ਪਹਿਰਾਵਾ ਨਹੀਂ ਹੋ ਸਕਦਾ, ਇਸ ਲਈ ਮੈਂ ਕੋਟ ਪੈਂਟ ਜਾਂ ਸ਼ੇਰਵਾਨੀ ਨਹੀਂ ਸਗੋਂ ਵਰਦੀ ਹੀ ਪਾ ਕੇ ਵਿਆਹ ਕਰਵਾਵਾਂਗਾ। ਸੋ ਲੋਕ ਵੀ ਇਸ ਫੌਜੀ ਵੀਰ ਬਾਰੇ ਕਹਿ ਰਹੇ ਨੇ ਕਿ ਬਹੁਤ ਹੀ ਵਧੀਆ ਕੀਤਾ। ਸੋ ਤੁਹਾਡੇ ਇਸ ਨੌਜਵਾਨ ਦੀ ਸੋਚ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ। ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।